ਇਹਨਾਂ ਦਾ ਮੂੰਹ ਕਾਲਾ ਕਰੇਗਾ ਵੋਟਾਂ ਚ, ਇਹਨਾਂ ਦੇ ਗੱਜ ਜੁੱਤੀਆਂ ਦਾ ਹਾਰ ਪਏਗਾ। ਮੇਰੇ ਵੱਲੋਂ 2 ਲੱਖ ਰੁਪਏ ਦਾ ਇਨਾਮ ਜਿਹੜਾ ਸੋਨਿਹਾਲ, ਜਿਹੜੇ ਨੌਜਵਾਨ ਵੀਰ ਇਹਦੇ ਚ ਇਹ ਨੀ ਕੋਈ, ਜੇ ਸਾਨੂੰ ਮੌਕਾ ਮਿਲ ਗਿਆ ਅਸੀਂ ਇਹਨਾਂ ਸ਼੍ਰੋਮਣੀ ਕਮੇਟੀ ਵਾਲੇ ਰਾਕਸ਼ਸ ਜਿਹੜੇ ਨੇ ਇਹ ਜਦੋਂ ਵੋਟਾਂ ਲੈਣ ਪਿੰਡਾਂ 'ਚ ਜਾਣਗੇ, ਜਿਹੜੀ ਸੰਗਤ ਇਹਨਾਂ ਦਾ ਮੂੰਹ ਕਾਲਾ ਕਰੇਗੀ, ਇਹਨਾਂ ਦੇ ਗੱਲ 'ਚ ਜੁੱਤੀਆਂ ਦੇ ਹਾਰ ਪਾਉਣਗੇ, ਜਿਹੜੇ ਨੌਜਵਾਨ ਉਹਨਾਂ ਵੀਰਾਂ ਨੂੰ ਗੋਲਡ ਮੈਡਲ ਨਾਲ ਅਤੇ 2-2 ਲੱਖ ਰੁਪਈਏ ਨਾਲ ਸਾਡੇ ਵੱਲੋਂ ਸਾਰੀ ਸੰਗਤ ਵੱਲੋਂ ਜਿੰਨਾ ਸਾਡਾ ਫਰੈਂਡ ਸਰਕਲ ਸਾਰਿਆਂ ਨੂੰ ਨਵਾਜਿਆ ਜਾਏ। ਇਸ ਤੋਂ ਵੱਡੀ ਤਾਂ ਹੋਰ ਕੋਈ ਗੱਲ ਗੁਰਦਾਸਪੁਰ ਜ਼ਿਲ੍ਹੇ 'ਚ ਨਹੀਂ ਇਹ ਵੜ ਸਕਦੇ, ਸਾਡੇ ਜ਼ਿਲ੍ਹੇ 'ਚ ਨਹੀਂ ਇਹ ਵੜ ਸਕਦੇ ਵੋਟਾਂ। ਦੇਖੋ ਗੁਰੂ ਘਰ ਉੱਥੇ ਜਾ ਕੇ ਤਾਂ ਨਹੀਂ ਕੋਈ ਗੱਲ ਚਲੋ ਇਹ ਕਰ ਸਕਦੇ, ਸ਼ਾਂਤੀ ਦਾ ਪ੍ਰਤੀਕ ਆ, ਪਰ ਜਦੋਂ ਉਹ ਜਿਹੜਾ ਬੋਏ ਨੂੰ ਇਹਨਾਂ ਨੇ ਲਾ ਲੈਂਦੇ ਨਾ ਤਾਲਾ, ਉਹ ਜਦੋਂ ਤੋਂ ਬਾਹਰ ਨੂੰ ਆਉਣਗੇ ਤਾਂ ਉਦੋਂ ਇਹਨਾਂ ਨੂੰ ਪਤਾ ਲੱਗੇਗਾ। ਕਿਉਂਕਿ ਦੇਖੋ ਬਾਬਾ ਜੀ, ਮੇਰੇ ਨਾਲ ਤੇ 4-5 ਸਾਲ ਤੋਂ ਇਹਨਾਂ ਦਾ ਚੱਲਣ ਡਿਆ, 5 ਕਰੋੜ ਦਾ ਦਾਵਾ ਇਹਨਾਂ ਨੇ ਮੇਰੇ ਤੇ ਕੀਤਾ, 5 ਕਰੋੜ ਦਾ ਮਾਨ ਹਾਨੀ ਦਾ ਦਾਵਾ ਮੇਰੇ ਤੇ ਦਿੱਤਾ, 5 ਕਰੋੜ ਦਾ ਵੱਲਾ ਦੇ ਵਿੱਚ ਰਲ ਮਿਲ ਗਏ ਇਹਨਾਂ ਨੇ। ਹਾਂਜੀ, ਤੇ ਬੜੇ ਜ਼ਿਆਦਾ ਇਹ ਪੂਰੇ ਰਾਕਸ਼ਸ ਬਿਰਤੀ ਦੇ ਲੋਕ ਨੇ। ਇਹ ਜਿੰਨਾ ਪੈਸਾ ਵਾ ਗੁਰੂ ਦੀ ਗੋਲਕ ਦਾ, ਕਰੋੜਾਂ ਅਰਬਾਂ ਖਰਬਾਂ ਰੁਪਇਆ ਸਾਰਾ ਇਹ ਆਪਣੇ ਢਿੱਡਾਂ 'ਚ ਪਾਉਂਦੇ ਨੇ, ਇਹਦੇ 'ਚ ਕੋਈ ਸ਼ੰਕਾ ਨਹੀਂ, ਕੋਈ ਹਿਸਾਬ ਕਿਤਾਬ ਵਾਲੀ ਗੱਲ ਨਹੀਂ ਹੈਗੀ, ਸਿੱਧਾ ਪਤਾ ਸਾਨੂੰ ਕਿ ਪੈਸਾ ਕਿੱਥੇ ਜਾਣ ਡਿਆ। ਜੇ ਇੱਕ ਗੁਰਸਿੱਖ, ਇੱਕ ਅੰਮ੍ਰਿਤਧਾਰੀ, ਕੋਈ ਗਰੀਬੜਾ, ਕੋਈ ਸਿੱਖ ਜੇ ਇਲਾਜ ਖੁਣੋ ਉਹਦੀ ਮੌਤ ਹੋ ਜਾਂਦੀ ਹੈ, 10-20 ਹਜ਼ਾਰ ਰੁਪਏ ਪਿੱਛੇ ਉਹਦੀ ਮੌਤ ਹੋ ਜਾਂਦੀ, ਤਾਂ ਫਿਰ ਇਹਦਾ ਮਤਲਬ ਇਹ ਪੈਸਾ ਜਿਹੜਾ ਸੰਗਤ ਦਾ ਪੈਸਾ ਇਹ ਕਿੱਥੇ ਆ? ਔਰ ਗਰੀਬ ਲੋਕਾਂ ਵਾਸਤੇ ਆ, ਬੱਲਾ ਹੌਸਪੀਟਲ ਬਣਾਇਆ ਸੀਗਾ ਲੋਕਾਂ ਵਾਸਤੇ ਵੀ ਲੋਕ ਇੱਥੇ ਆਪਣਾ ਇਲਾਜ ਕਰਾਉਣ, ਔਰ ਉੱਥੇ ਲੁੱਟਦੇ ਨੇ ਪੂਰੀ ਤਰ੍ਹਾਂ, ਇਹਨਾਂ ਨੇ ਉਹਨੂੰ ਲੁੱਟ ਦਾ ਕੇਂਦਰ ਬਣਾਇਆ, ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਨਾਂ 'ਤੇ ਇਹਨਾਂ ਨੇ ਉੱਥੇ ਮਤਲਬ ਇੱਕ ਹਿਸਾਬ ਦਾ ਉਹ ਪੂਰਾ ਲੁੱਟ ਖਾਨਾ। ਕਿੰਨੀ ਵਾਰ ਤੁਸੀਂ ਦੇਖਿਆ, ਇੱਕ ਵਾਰੀ ਬੱਚੀ ਸੀ ਵਿਚਾਰੀ, ਹਾਕੀ ਦੀ ਪਲੇਅਰ ਸੀ ਛੋਟੀ ਜਿਹੀ ਬੱਚੀ, ਅਤੇ ਉਹਦੀਆਂ ਵੱਖੀਆਂ ਟੁੱਟ ਗਈਆਂ ਔਰ ਉਹਨਾਂ ਕੋਲੋਂ ਪੈਸੇ ਮੁੱਕ ਗਏ, ਅਤੇ ਰਾਤ ਨੂੰ ਬਾਹਰ ਕੱਢਿਆ, ਰਾਤ ਨੂੰ 10 ਵਜੇ ਬੱਚੀ ਨੂੰ ਬਾਹਰ ਕੱਢਿਆ। ਹਾਂ, ਅਤੇ ਜੇ ਮੈਂ ਵੀਡੀਓ ਬਣਾ ਕੇ ਪਾਈ ਵੀ ਤੁਹਾਡੇ ਨਾਲੋਂ, ਮੈਂ ਤਾਂ ਇੱਥੋਂ ਤੱਕ ਕਹਿ ਤਾ ਇਹਨਾਂ ਨੂੰ ਕਿ ਚਲੋ ਚਾਹੇ ਕਿਸੇ ਨੂੰ ਬੁਰੀ ਲੱਗੇ, ਪਰ ਇਹਨਾਂ ਨਾਲੋਂ ਤਾਂ ਭਾਅ ਜੀ ਆਹ ਡੇਰਿਆਂ ਵਾਲੇ ਜਿਹੜੇ ਸਾਧ ਆ ਇਹ ਵੀ ਚੰਗੇ ਨੇ, ਉਹ ਵੀ ਆਪਣੇ ਪੈਰੋਕਾਰਾਂ ਦੀ ਪੂਰੀ ਮਤਲਬ ਇਲਾਜ ਕਰਾਉਂਦੇ, ਉਹਨਾਂ ਦੀ ਰਿਸਪੈਕਟ ਕਰਦੇ, ਉਹਨਾਂ ਦੀ ਕੇਅਰ ਕਰਦੇ ਪੂਰੀ। ਹੈਂ, ਜਿੰਨੇ ਵੀ ਡੇਰਾਵਾਦ ਨੇ, ਡੇਰਾਵਾਦ ਹਾਂ ਮਾਲਾ ਜਨਾਂ ਵਿਆਸ ਵਾਲੇ ਨੇ, ਪਰ ਉਹ ਆਪਣੇ ਪੈਰੋਕਾਰਾਂ ਦੀ ਤਾਂ ਪੂਰੀ ਕਰਦੇ ਨੇ, ਕੇਅਰ ਇਲਾਜ ਫ੍ਰੀ, ਔਰ ਇਹਨਾਂ ਨੇ ਮਤਲਬ ਇਹ ਕੋਈ ਇੱਕ ਬੰਦਾ ਵੀ ਨਹੀਂ ਇਹਨਾਂ ਦੇ। ਬਾਕੀ ਕੋਈ ਗੱਲ ਨਹੀਂ, ਦੇਖੋ ਮੈਂ ਤੇ ਚਲੋ ਇਹੀ ਸਾਰੀ ਸੰਗਤ ਨੂੰ, ਜੇ ਚਲੋ ਸਾਡੀ ਆਵਾਜ਼ ਅੱਗੇ ਜਾਏ ਨੌਜਵਾਨ ਵੀਰਾਂ ਤੱਕ, ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਕਰ ਦਿਓ, ਕਿਉਂਕਿ ਇਹ ਜਿਹੜਾ ਦਰਬਾਰ ਸਾਹਿਬ ਵਿਖੇ ਇਹ ਇਹਨਾਂ ਨੇ ਘਨੋਣਾ ਕਾਰਾ ਕੀਤਾ ਹੈ, ਅਗਰ ਉੱਥੇ ਹਰ ਮਸਲਾ ਜਿਹੜਾ ਪਿਆਰ ਨਾਲ ਵੀ ਸੁਲਝਾਇਆ ਜਾ ਸਕਦਾ ਹੈ, ਕੋਈ ਇੱਦਾਂ ਦਾ ਨਹੀਂ ਹੁੰਦਾ। ਪਰ ਇਹ ਜਿਹੜਾ ਮੇਰਾ ਇੱਕ ਇਹ ਮੈਸੇਜ ਜ਼ਰੂਰ ਆ ਨੌਜਵਾਨ ਵੀਰਾਂ ਨੂੰ, ਕਿ ਵੋਟਾਂ ਵਾਲੇ ਦਿਨ ਇਕੱਲੇ ਇਕੱਲੇ ਆ ਜਿਹੜਾ ਇਹਨਾਂ ਨੇ ਕੌਂਤਕ ਮਚਾਇਆ ਨਾ, ਆ ਜਿਹੜਾ ਗੁੰਡਾਗਰਦੀ, ਇਹ ਇਕੱਲੀ ਇਕੱਲੀ ਦਾ ਜਵਾਬ ਇਸੇ ਹੀ ਭਾਸ਼ਾ ਵਿੱਚ ਦੇਵਾਂਗੇ। ਵੀਰ ਜੀ, ਹਾਂ, ਬੀਬੀਆਂ ਭੈਣਾਂ ਨੂੰ ਇਹਨਾਂ ਨੇ ਉਹ ਭੱਦੀ ਸ਼ਬਦਾਵਲੀ ਉੱਥੇ ਵਰਤੀ ਹੈ, ਤੁਹਾਨੂੰ ਦੱਸ ਨਹੀਂ ਸਕਦੇ ਵੀ ਗਾਹ ਕਿਹੋ ਜਿਹੀਆਂ ਬੀਬੀਆਂ ਭੈਣਾਂ ਨੂੰ ਕੱਢੀਆਂ, ਸਾਡੀਆਂ ਮਾਵਾਂ ਨੂੰ, ਸਾਡੀ ਮਾਂ ਹੈ, ਉਹਨੂੰ ਹਿਸਾਬ ਲਾ ਲਓ, ਇਹੋ ਜਿਹੇ ਗੰਦੇ ਸ਼ਬਦ ਬੋਲੇ ਨੇ ਨਾ ਵੀ ਤੁਹਾਨੂੰ ਦੱਸ ਨਹੀਂ ਸਕਦੇ। ਹੁਣ ਆਉਂਦਾ ਸੁਣ ਕੇ ਜਦੋਂ ਕਿਸੇ ਨੂੰ ਭੈਣਾਂ ਦੇ ਜਦੋਂ ਮਾਰਦੀ ਨੇ ਡਾਂਗ, ਹਾਂਜੀ, ਤੇ ਉਹ ਕਹਿੰਦੀ ਧੰਨ ਬਾਬਾ ਦੀਪ ਸਿੰਘ ਜੀ, ਗਾੜੀਆਂ ਇੱਕ ਕਹਿੰਦਾ ਤੇਰਾ ਹਸਮ ਲੱਗਦਾ ਵੇਖ ਲਓ, ਇਹਨਾਂ ਬੁੱਜੜਾਂ ਨੂੰ ਉੱਥੋਂ ਲਿਆਈਏ ਖਿੱਚ ਕੇ, ਤੇ ਇਹਨਾਂ ਨੂੰ ਕਰੀਏ ਨੰਗੇ, ਫਿਰ ਚੌਂਕ ਲਿਆ ਕੇ ਇਹਨਾਂ ਦੇ ਬੂਥੇ ਪਾਸੇ ਕੁਛ ਨੀ, ਸਾਲ ਸਾਲ ਅੰਦਰ ਜਾਣਾ ਪਏਗਾ, ਚੱਲ ਜਾਂਗੇ ਦੁਬਾਰਾ, ਇਹਨਾਂ ਨੂੰ ਕੱਢ ਕੇ ਲਿਆ ਕੇ ਜਿਨ੍ਹਾਂ ਨੇ ਬੀਬੀਆਂ ਦੇ ਹੱਥ ਚੁੱਕੇ ਨੇ, ਇਹ ਤੇ ਫਿਰ ਸਾਡੇ ਗੁਰੂ ਸਾਹਿਬਾਂ ਨੇ ਵੀ ਇਹੋ ਗੱਲ ਕਹੀ ਹੈ, ਕੱਪੜੇ ਪਾੜੇ ਆ ਜੀ, ਕੱਪੜੇ ਵੀ ਪਾੜੇ ਆ, ਇਹਨਾਂ ਦਾ ਬਣਾਓ ਪ੍ਰੋਗਰਾਮ ਲਿਖੋ, ਤੇ ਚੁੱਕ ਕੇ ਫੜ ਕੇ ਇਹਨਾਂ ਨੂੰ ਧੂ ਦਾ ਲਿਆ ਕੇ ਚੌਂਕ ਦੇ ਵਿੱਚ ਮੂੰਹ ਕਾਲਾ ਕਰਕੇ, ਤੇ ਇਹਨਾਂ ਨੂੰ ਵੀ ਜਿਹੜਾ ਇਹੀ
ਗੁਰੂ ਨਾਨਕ ਹਸਪੀਟਲ ਦਾ ਇਹਨਾਂ ਨੂੰ ਜਰਾ ਖਾਲਿਆ ਜਾਵੇ ਜਿੰਨੀ ਨੌਜਵਾਨੀ ਆ ਗੱਲ ਸੁਣ ਲਈ ਹੈ ਨਵਤੇਜ ਸਿੰਘ ਬੱਬੂ ਦੀ ਅਸਲ ਗੱਲ ਇਹ ਹੋਣੀ ਚਾਹੀਦੀ ਹੈ ਜਿੱਦਾਂ ਪੂਲਾ ਨੰਗਾ ਦੋ ਜੁਗ ਚੱਲਿਆ ਤਾਂ ਦਿਸੇ ਖੜਾ ਡਰਾਉਣਾ ਲਿਖਿਆ ਗਿਆ ਸੀ ਨਾ ਨੰਗਾ ਦੋ ਜੁਗ ਚੱਲਿਆ ਤਾਂ ਦਿਸੇ ਖੜਾ ਡਰਾਉਣਾ ਇਹ ਪੂਲੇ ਦੀ ਲਾਦ ਹੈ ਇਹ ਪੂਲੇ ਦੀ ਰੂਹ ਹੈ ਨਰੈਣੂ ਮੰਤ ਦੀ ਰੂਹ ਹੈ ਇਹਨਾਂ ਲੋਕਾਂ ਨੂੰ ਅੱਜ ਜਿਹੜੇ ਨੌਜਵਾਨੀ ਦਰਦ ਰੱਖਦੀ ਹੈ ਜਿਹੜੀ ਸਿੱਖੀ ਦਾ ਦਰਦ ਰੱਖਦੀ ਹੈ ਉਹ ਵੀ ਰਕਤ ਕਿਹਾ ਉਹ ਪ੍ਰੋਗਰਾਮ ਦੇਣੇ ਦੂਣੇ ਨਹੀਂ ਹੁੰਦੇ ਕਿਸੇ ਨੇ ਪ੍ਰੋਗ ਦਰਿਆ ਨੂੰ ਰਾਹ ਬਣਾਉਣਾ ਪੈਂਦਾ ਆਪ ਸ਼ੇਰ ਨੂੰ ਮਰਿਆ ਹੋਇਆ ਸ਼ਿਕਾਰ ਸ਼ੇਰ ਖਾਂਦਾ ਨਹੀਂ ਹੈਗਾ ਉਹ ਮਾਰ ਕੇ ਖਾਂਦਾ ਜੇ ਨੌਜਵਾਨੀ ਆਪਣੇ ਆਪ ਨੂੰ ਸ਼ੇਰ ਸਮਝਦੀ ਹੈ ਬਾਜਾਂ ਵਾਲੇ ਦੇ ਪੁੱਤ ਸਮਝਦੀ ਹੈ ਅਤੇ ਅੱਜ ਇਹਨਾਂ ਨੇ ਸਾਡੇ ਘਰ 'ਤੇ ਹਮਲਾ ਕੀਤਾ ਵਹੀਰਾਂ ਕੱਤ ਕਿਹਾ ਉਹ ਕਈ ਵੀਰ ਕਹਿ ਦਿੰਦੇ ਆ ਮੋਰਚਾ ਬੰਦ ਹੋ ਗਿਆ ਬੰਦ ਬੁੰਦ ਨਹੀਂ ਹੋਇਆ ਮੋਰਚਾ ਬੰਦ ਬੁੰਦ ਕੁਛ ਨਹੀਂ ਹੋਇਆ 45ਵੇਂ ਦਿਨ ਦੀ ਅਰਦਾਸ ਕੀਤੀ ਆ ਗੁਰੂ ਨਾਨਕ ਹੋਸਪਿਟਲ ਇੱਥੇ ਅੰਮ੍ਰਿਤਸਰ ਸਾਹਿਬ ਸਵੇਰੇ ਕੱਲ੍ਹ 46ਵੇਂ ਦਿਨ ਦੀ ਕਰਾਂਗੇ ਕਿਉਂ ਗੱਲ ਇਹ ਆ ਵੀ ਹੁਣ ਜੇ ਅਸੀਂ ਉੱਥੇ ਸੜਕ 'ਤੇ ਬਹਿ ਜਾਈਏ ਇਹਨਾਂ ਦਾ ਇਲਾਜ ਕੌਣ ਕਰਾਊਗਾ ਉਹ ਇਲਾਜ ਕਰਾਉਣ ਦਾ ਕਰਕੇ ਅਸੀਂ ਇੱਥੇ ਲੱਗੇ ਹੋਏ ਹਾਂ ਰੁੱਝੇ ਹੋਏ ਹਾਂ ਭਾਜੀ ਸੜਕ 'ਤੇ ਬਹਿਣ ਵਾਲਾ ਜਿਹੜਾ ਮਸਲਾ ਸੋਰੀ ਮੈਂ ਮੇਰੇ ਸੀਨੀਅਰ ਵੀਰ ਜੀ ਮੈਂ ਗੱਲ ਜਿਨ੍ਹਾਂ ਜਿਨ੍ਹਾਂ ਨੇ ਕੌਤਕ ਕੀਤਾ ਵਾ ਉਹਨਾਂ ਨੂੰ ਧੂ ਕੇ ਬਾਹਰ ਖਿੱਚ ਕੇ ਲਿਆਈਏ ਔਰ ਉਹਨਾਂ ਦੇ ਮੂੰਹ ਕਾਲੇ ਕਰਕੇ ਔਰ ਉਹਨਾਂ ਦੇ ਗਲ ਦੇ ਵਿੱਚ ਕੁੱਤਿਆਂ ਵਾਲੇ ਪਟੇ ਪਾ ਕੇ ਔਰ ਉਹਨਾਂ ਨੂੰ ਗੋਡਿਆਂ ਭਾਰ ਬਿਠਾ ਕੇ ਔਰ ਉਹ ਜਿਹੜੀ ਭੈਣ ਸਤਾਰਯੋਗ ਭਾਜੀ ਹੁਣਾਂ ਦੇ ਜਿਹੜੇ ਮਿਸਿਜ ਨੇ ਇਹਨਾਂ ਦੇ ਉਹ ਭੈਣ ਜੀ ਹੁਣ ਉਹਨਾਂ ਦੇ ਪੈਰਾਂ ਦੇ ਵਿੱਚ ਨੱਕ ਰਗੜਾਉਣੇ ਆ ਉਹਦੇ ਤੋਂ ਮਹਿੰਦਰ ਸਿੰਘ ਭੂਰਾ ਕੌਣ ਆ ਭੂਰਾ ਜਿਹੜਾ ਵਾ ਮੈਂ ਇੱਕ ਗੱਲ ਕਹਾਂਗਾ ਜਿੱਥੇ ਕਾਬੂ ਆ ਗਿਆ ਨਾ ਇੱਕ ਵਾਰ ਤੈਨੂੰ ਤੇਰੇ ਗੱਜ ਪਾ ਕੇ ਨਾ ਪਟਾ ਔਰ ਭਾਈ ਖੋਸਾ ਸਾਹਿਬ ਜੀ ਦੀ ਪਤਨੀ ਨੇ ਜਿਹੜੇ ਉਹਨਾਂ ਦੇ ਪੈਰਾਂ 'ਚ ਤਿਰਨਾ ਨੱਕ ਨਾਲ ਕੀਨਾ ਤਿਰਕੋਂ ਕਢਾਉਣੀਆਂ ਸੀ ਸੁਣ ਲਾ ਗੱਲ ਤੁਸੀਂ ਦਰਿੰਦੇ ਹੋ ਤੁਸੀਂ ਗੰਦ ਪਾਇਆ ਤੁਸੀਂ ਇੱਕ ਭੈਣ ਇੱਕ ਬੰਨੇ ਤੁਸੀਂ ਲੁੱਟ ਲੁੱਟ ਖਾ ਰਹੇ ਹੋ ਇੱਕ ਭੈਣ ਜਿੰਦਰ ਕੌਰ ਬਾਣੀ ਬਾਣੀ ਸਜਾਇਆ ਮਾਲਾ ਸਜਾਇਆ ਉਹ ਵੀ ਭੈਣਾਂ ਜਿੰਨੀਆਂ ਭੈਣਾਂ ਦੀ ਬੇਇੱਜ਼ਤੀ ਹੋਈ ਆ ਉਹਨਾਂ ਦੇ ਪੈਰਾਂ ਦੇ ਵਿੱਚ ਤੁਹਾਡੇ ਕੋਲ ਨੱਕ ਨਾਲ ਕੀਨਾ ਨਾ ਨਾ ਕਢਾਈਆਂ ਤੇ ਤੁਸੀਂ ਇਹ ਵੀ ਗੱਲ ਇਹ ਨਾ ਸਮਝਣ ਕਿਤੇ ਗੱਲਾਂ ਨੇ ਡਾਇਲਗ ਨੇ ਤੁਹਾਨੂੰ ਕਰਕੇ ਤੁਹਾਨੂੰ ਪਤਾ ਸੀ ਜੇ ਜੋ ਅਸੀਂ ਕਹਿੰਦੇ ਹਾਂ ਕਰਕੇ ਵਿਖਾਉਣਾ ਹੁੰਦਾ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਇੱਕ ਵਾਰ ਤੇਰੇ ਕੋਲੋਂ ਨੱਕ ਨਾਲ ਕੀਰਾਂ ਨਾ ਨਾ ਕਢਾਈਆਂ ਉਹਨਾਂ ਬੀਬੀਆਂ ਜਿਹੜੀਆਂ ਜਿਨ੍ਹਾਂ ਦੀਆਂ ਤੁਸੀਂ ਬੇਇੱਜ਼ਤ ਕੀਤੀਆਂ ਨੇ ਤੇ ਕੁੱਤੇ ਵਾਲਾ ਤੁਹਾਡੇ ਗੱਲ 'ਚ ਗਲਾ ਪਟਾ ਪਾ ਕੇ ਫਿਰ ਉੱਥੇ ਤੁਹਾਨੂੰ ਇਹ ਵੀ ਕਹਿਣਾ ਮੈਂ ਭੰਕੋ ਭੰਕੋ ਹੁਣ ਕਿ ਅਸੀਂ ਕੁੱਤੇ ਹਾਂ ਆਪਣੇ ਮੂੰਹ ਤੁਸੀਂ ਕਹੋਗੇ ਕਿ ਅਸੀਂ ਕੁੱਤੇ ਹਾਂ